ਪੰਜਾਬ ਦੇ ਵਿੱਚ ਕਈ ਅਜਿਹੇ ਮੁੱਦੇ ਨੇ ਤੇ ਜਿਨ੍ਹਾਂ ਦੇ ਉੱਤੇ ਸਰਕਾਰ ਨੇ ਬਿਲਕੁਲ ਹੀ ਚੁੱਪ ਵੱਟ ਲਈ ਹੈ। ਪਾਣੀਆਂ ਦਾ ਮੁੱਦਾ ਹੁਣ ਫਿਰ ਤੋਂ ਦੱਸ ਦਈਏ ਕਿ ਲੱਖਾ ਸਿੰਘ ਸਿਧਾਣਾ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਆਵਾਜ਼, ਇਸ ਮੁੱਦੇ ਨੂੰ ਲੈ ਕੇ ਆਵਾਜ਼ ਚੱਕੀ ਜਾ ਰਹੀ ਹੈ ਤੇ ਜਿਸ ਦੇ ਵਿੱਚ ਉਹਨਾਂ ਨੇ ਵੱਡੇ ਇਕੱਠ ਨੂੰ ਲੈ ਕੇ ਹੁਣ ਐਲਾਨ ਕਰ ਦਿੱਤਾ। ਲੱਖਾ ਸਿੰਘ ਸਿਧਾਣਾ ਦਾ ਇੱਕ ਵੱਡਾ ਬਿਆਨ ਸਾਹਮਣੇ ਆ ਰਿਹਾ ਤੇ ਉਹਨਾਂ ਦਾ ਕਹਿਣਾ ਹੈ ਕਿ ਪਾਣੀਆਂ ਨੂੰ ਲੈ ਕੇ ਉੱਥੇ ਹੀ ਜਿਹੜਾ ਕਿ ਮੁੱਦਾ ਫਿਰ ਤੋਂ ਚੱਕਿਆ ਜਾਵੇਗਾ ਤੇ ਜਿਸ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਕਿ ਇੱਕ ਵੱਡਾ ਇਕੱਠ ਹੋਵੇਗਾ ਤੇ ਲੁਧਿਆਣਾ ਦੇ ਵਿੱਚ ਇਹ ਵੱਡਾ ਇਕੱਠ ਕੀਤਾ ਜਾਵੇਗਾ ਤੇ ਦੂਜੇ ਪਾਸੇ ਉਹਨਾਂ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਤੇ ਵੱਧ ਤੋਂ ਵੱਧ ਪਹੁੰਚਣ ਦੀ ਜਿਹੜੀ ਕਿ ਕਿਰਪਾਲਤਾ ਕਰਨੀ ਤੇ ਜਿਸ ਤੋਂ ਬਾਅਦ ਜਿਹੜਾ ਕਿ ਲੱਖਾ ਸਿੰਘ ਸਿਧਾਣਾ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਾਉਂਦੇ ਹਾਂ ਲੱਖਾ ਸਿੰਘ ਸਿਧਾਣਾ ਦਾ ਹੋਰ ਕੀ ਕਹਿਣਾ। ਮਸਲਾ ਬਹੁਤ ਜ਼ਿਆਦਾ ਗੰਭੀਰ ਤੇ ਚਿੰਤਾਜਨਕ ਹਾਲਾਤ ਪੰਜਾਬ ਦੇ ਬਣੇ ਹੋਏ ਆ। ਅਸੀਂ ਜਿਹੜਾ ਅੱਜ ਪਾਣੀ ਪੀ ਰਹੇ ਹਾਂ ਚਾਹੇ ਧਰਤੀ ਹੇਠੋਂ ਤੇ ਚਾਹੇ ਦਰਿਆਵਾਂ ਦੇ ਵਿੱਚੋਂ, ਉਹ ਸਾਨੂੰ ਮੌਤ ਦੇ ਰਿਹਾ। ਕਿਉਂਕਿ ਮੈਂ ਫਿਰੋਜ਼ਪੁਰ, ਫਰੀਦਕੋਟ, ਮੋਗਾ, ਮੁਕਤਸਰ, ਅਬੋਹਰ, ਫਾਜ਼ਿਲਕਾ, ਲੁਧਿਆਣੇ ਦੇ ਪਿੰਡਾਂ ਚ ਗਿਆ ਜਿੱਥੇ ਲੋਕਾਂ ਨੂੰ ਕਿਸੇ ਪਿੰਡ ਚ 50%, ਕਿਸੇ ਚ 70-80% ਲੋਕਾਂ ਨੂੰ ਕਾਲਾ ਪੀਲੀਆ ਹੋ ਚੁੱਕਿਆ। ਸੋ ਆਓ ਯਾਰ ਆਪਾਂ ਜਿਹੜੀਆਂ ਲਗਾਤਾਰ ਜ਼ਹਿਰਾਂ ਸਾਡੇ ਦਰਿਆਵਾਂ ਚ ਪਾ ਕੇ, ਬੁੱਢੇ ਦਰਿਆ ਰਾਹੀਂ ਸਤਲੁਜ ਨੂੰ ਜ਼ਹਿਰ ਬਣਾਤਾ 35-40 ਸਾਲ ਤੋਂ, ਹਜ਼ਾਰਾਂ ਡਾਇੰਗ ਫੈਕਟਰੀਆਂ ਨੇ ਉੱਥੋਂ ਦਾ ਸੀਵਰੇਜ, ਗੰਦ ਮੱਦ ਮੱਝਾਂ ਦਾ, ਜੋ ਵੀ ਉੱਥੇ ਗੁਹਾ ਮੂਤ ਆ, ਜੋ ਹਸਪਤਾਲਾਂ ਦੀ ਗੰਦਗੀ ਆ ਮਰੀਜ਼ਾਂ ਦੀ, ਸਾਰਾ ਸਤਲੁਜ ਆ ਕੇ ਨਹਿਰਾਂ ਦੇ ਵਿੱਚ ਆ ਕੇ ਲੋਕਾਂ ਨੂੰ ਜ਼ਿੰਦਗੀ ਨਹੀਂ ਮੌਤ ਦੇ ਰਿਹਾ, ਖਤਮ ਕਰ ਰਿਹਾ। ਬੱਚੇ ਖਤਮ ਹੋ ਰਹੇ ਨੇ, ਜਵਾਕਾਂ ਦੀਆਂ ਕਿਡਨੀਆਂ ਫੇਲ ਹੋ ਰਹੀਆਂ ਨੇ, ਜਵਾਕਾਂ ਨੂੰ ਕੈਂਸਰ ਹੋ ਰਿਹਾ ਜੰਮਦਿਆਂ ਨੂੰ, ਸਾਲ ਸਾਲਦਿਆਂ ਨੂੰ। ਸੋ ਆਓ ਮੇਰਾ ਵੀਰ, 24 ਤਰੀਕ ਨੂੰ ਆਪਾਂ ਲੁਧਿਆਣੇ ਬਹੁਤ ਵੱਡਾ ਇਕੱਠ ਰੱਖਿਆ, ਬੇਰਕਾ ਪਲਾਂਟ ਨਹਿਰ ਦੇ ਪੁਲ ਤੇ, ਬੇਰਕਾ ਪਲਾਂਟ ਲੁਧਿਆਣੇ ਬਹੁਤ ਵੱਡਾ ਇਕੱਠ ਰੱਖਿਆ, ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਸ਼ਮੂਲੀਅਤ ਕਰਕੇ, ਕਿਉਂਕਿ ਇਹ ਮਸਲਾ ਜ਼ਮੀਨਾਂ ਵਾਲੇ ਮਸਲੇ ਨਾਲੋਂ ਵੀ ਕਿਤੇ ਵੱਡਾ। ਜੇ ਪਾਣੀ ਸਾਡਾ ਜ਼ਹਿਰ ਬਣ ਗਿਆ, ਪਾਣੀ ਸਾਨੂੰ ਮੌਤ ਦੇਣ ਲੱਗ ਗਿਆ, ਤਾਂ ਆਪਾਂ ਜਿਉਂਦੇ ਕਿੱਥੋਂ ਰਹਾਂਗੇ। ਆਓ ਮੇਰਾ ਵੀਰ, ਵੱਡੀ ਗਿਣਤੀ ਦੇ ਵਿੱਚ ਗੁਰਬਾਣੀ ਕਹਿੰਦੀ ਆ, ਪਹਿਲਾ ਪਾਣੀ ਜੀਓ ਹੈ ਜਦ ਹਰਿਆ ਸਭ ਕੋ, ਪਾਣੀ ਨਾਲ ਜੀਵਨ ਹੈ, ਪਾਣੀ ਨਾਲ ਜਾਉਂਦੇ ਆ, ਪਵਨ ਗੁਰੂ ਪਾਣੀ ਪਿਤਾਓ, ਆਪਣੇ ਪਿਤਾ ਨੂੰ, ਆਪਣੇ ਦਰਿਆਵਾਂ ਨੂੰ, ਆਪਣੇ ਧਰਤੀ ਹੇਠਾਂ ਪਾਣੀ ਨੂੰ ਬਚਾ ਕੇ ਆਪਣੀਆਂ ਨਸਲਾਂ ਤੇ ਆਪਣੇ ਆਪ ਨੂੰ ਬਚਾਈਏ। 24 ਤਰੀਕ ਦਿਨ ਬਾਰ ਬੇਰਕਾ ਪਲਾਂਟ ਲੁਧਿਆਣੇ 10:15 ਵੱਧ ਤੋਂ ਵੱਧ ਪਹੁੰਚੋ ਜੀ। ਮਸਲਾ ਬਹੁਤ ਜ਼ਿਆਦਾ ਗੰਭੀਰ ਤੇ ਚਿੰਤਾਜਨਕ ਹਾਲਾਤ ਪੰਜਾਬ ਦੇ ਬਣੇ ਹੋਏ ਆ। ਅਸੀਂ ਜਿਹੜਾ ਅੱਜ ਪਾਣੀ ਪੀ ਰਹੇ ਹਾਂ ਚਾਹੇ ਧਰਤੀ ਹੇਠੋਂ ਤੇ ਚਾਹੇ ਦਰਿਆਵਾਂ ਦੇ ਵਿੱਚੋਂ, ਉਹ ਸਾਨੂੰ ਮੌਤ ਦੇ ਰਿਹਾ। ਕਿਉਂਕਿ ਮੈਂ ਫਿਰੋਜ਼ਪੁਰ, ਫਰੀਦਕੋਟ, ਮੋਗਾ, ਮੁਕਤਸਰ, ਅਬੋਹਰ, ਫਾਜ਼ਿਲਕਾ, ਲੁਧਿਆਣੇ ਦੇ ਪਿੰਡਾਂ ਚ ਗਿਆ ਜਿੱਥੇ ਲੋਕਾਂ ਨੂੰ ਕਿਸੇ ਪਿੰਡ ਚ 50%, ਕਿਸੇ ਚ 70-80% ਲੋਕਾਂ ਨੂੰ ਕਾਲਾ ਪੀਲੀਆ ਹੋ ਚੁੱਕਿਆ। ਸੋ ਆਓ ਯਾਰ ਆਪਾਂ ਜਿਹੜੀਆਂ ਲਗਾਤਾਰ ਜ਼ਹਿਰਾਂ ਸਾਡੇ ਦਰਿਆਵਾਂ ਚ ਪਾ ਕੇ, ਬੁੱਢੇ ਦਰਿਆ ਰਾਹੀਂ ਸਤਲੁਜ ਨੂੰ ਜ਼ਹਿਰ ਬਣਾਤਾ, 35-40 ਸਾਲ ਤੋਂ, ਹਜ਼ਾਰਾਂ ਡਾਇੰਗ ਫੈਕਟਰੀਆਂ ਨੇ ਉੱਥੋਂ ਦਾ ਸੀਵਰੇਜ, ਗੰਦ ਮੱਦ ਮੱਝਾਂ ਦਾ, ਜੋ ਵੀ ਉੱਥੇ ਗੁਹਾ ਮੂਤ ਆ, ਜੋ ਹਸਪਤਾਲਾਂ ਦੀ ਗੰਦਗੀ ਆ ਮਰੀਜ਼ਾਂ ਦੀ, ਸਾਰਾ ਸਤਲੁਜ ਆ ਕੇ ਨਹਿਰਾਂ ਦੇ ਵਿੱਚ ਆ ਕੇ ਲੋਕਾਂ ਨੂੰ ਜ਼ਿੰਦਗੀ ਨਹੀਂ ਮੌਤ ਦੇ ਰਿਹਾ, ਖਤਮ ਕਰ ਰਿਹਾ। ਬੱਚੇ ਖਤਮ ਹੋ ਰਹੇ ਨੇ, ਜਵਾਕਾਂ ਦੀਆਂ ਕਿਡਨੀਆਂ ਫੇਲ ਹੋ ਰਹੀਆਂ ਨੇ, ਜਵਾਕਾਂ ਨੂੰ ਕੈਂਸਰ ਹੋ ਰਿਹਾ ਜੰਮਦਿਆਂ ਨੂੰ, ਸਾਲ ਸਾਲਦਿਆਂ ਨੂੰ। ਸੋ ਆਓ ਮੇਰਾ ਵੀਰ, 24 ਤਰੀਕ ਨੂੰ ਆਪਾਂ ਲੁਧਿਆਣੇ ਬਹੁਤ ਵੱਡਾ ਇਕੱਠ ਰੱਖਿਆ, ਬੇਰਕਾ ਪਲਾਂਟ ਨਹਿਰ ਦੇ ਪੁਲ ਤੇ, ਬੇਰਕਾ ਪਲਾਂਟ ਲੁਧਿਆਣੇ ਬਹੁਤ ਵੱਡਾ ਇਕੱਠ ਰੱਖਿਆ, ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਸ਼ਮੂਲੀਅਤ ਕਰਕੇ, ਕਿਉਂਕਿ ਇਹ ਮਸਲਾ ਜ਼ਮੀਨਾਂ ਵਾਲੇ ਮਸਲੇ ਨਾਲੋਂ ਵੀ ਕਿਤੇ ਵੱਡਾ। ਜੇ ਪਾਣੀ ਸਾਡਾ ਜ਼ਹਿਰ ਬਣ ਗਿਆ, ਪਾਣੀ ਸਾਨੂੰ ਮੌਤ ਦੇਣ ਲੱਗ ਗਿਆ, ਤਾਂ ਆਪਾਂ ਜਿਉਂਦੇ ਕਿੱਥੋਂ ਰਹਾਂਗੇ। ਆਓ ਮੇਰਾ ਵੀਰ, ਵੱਡੀ ਗਿਣਤੀ ਦੇ ਵਿੱਚ ਗੁਰਬਾਣੀ ਕਹਿੰਦੀ ਆ, ਪਹਿਲਾ ਪਾਣੀ ਜੀਓ ਹੈ ਜਦ ਹਰਿਆ ਸਭ ਕੋ, ਪਾਣੀ ਨਾਲ ਜੀਵਨ ਹੈ, ਪਾਣੀ ਨਾਲ ਜਾਉਂਦੇ ਆ, ਪਵਨ ਗੁਰੂ ਪਾਣੀ ਪਿਤਾਓ, ਆਪਣੇ ਪਿਤਾ ਨੂੰ, ਆਪਣੇ ਦਰਿਆਵਾਂ ਨੂੰ, ਆਪਣੇ ਧਰਤੀ ਹੇਠਾਂ ਪਾਣੀ ਨੂੰ ਬਚਾ ਕੇ ਆਪਣੀਆਂ ਨਸਲਾਂ ਤੇ ਆਪਣੇ ਆਪ ਨੂੰ ਬਚਾਈਏ। 24 ਤਰੀਕ ਦਿਨ ਬਾਰ ਬੇਰਕਾ ਪਲਾਂਟ ਲੁਧਿਆਣੇ 10:15 ਵੱਧ ਤੋਂ ਵੱਧ ਪਹੁੰਚੋ।